ਤੁਸੀਂ ਇੱਕੋ ਹੀ ਬ੍ਰੈਡ ਦਾ ਜਿਹੜਾ ਪੀਸ ਹੈਗਾ ਨਾ ਡਿਸ਼ ਵਿੱਚ ਪਾ ਦੇਣਾ ਹੈਗਾ ਤੇ ਉਹਨੂੰ ਵੀ ਨਾਲ ਹੀ ਮਿਕਸ ਕਰਨਾ ਹੈਗਾ, ਠੀਕ ਹੈ ਜੀ। ਜੇ ਅਸੀਂ ਇਸ ਆਪਣੇ ਜਿਹੜੇ ਮਿਸ਼ਨ ਅਸੀਂ ਬਣਾਇਆ ਹੈ ਇਹਨੂੰ ਥੋੜ੍ਹਾ ਜਿਹਾ ਪਾਰਟ ਲੈ ਕੇ ਅਸੀਂ ਗੋਲ ਗੋਲ ਇਹਦੀਆਂ ਜਿਵੇਂ ਗੋਲੀਆਂ ਹੁੰਦੀਆਂ ਉੱਦਾਂ ਅਸੀਂ ਵੱਟ ਲੈਣਾ ਹੈਗਾ। ਸਾਈਜ਼ ਛੋਟਾ ਰੱਖਣਾ ਜੀ ਅਸੀਂ, ਸਮਥਿੰਗ ਲਾਈਕ ਦਿਸ। ਹੁਣ ਅਸੀਂ ਮਿਕਸਚਰ ਤੋਂ ਜਿਹੜੀ ਸਾਡੀ ਬਾਲਸ ਹੈਗੀਆਂ, ਜਿਹੜੀ ਆਲੂ ਦੀ ਬਾਲਸ ਅਸੀਂ ਬਣਾ ਲਿੱਤੀਆਂ ਹੈਗੀਆਂ ਅਸੀਂ ਦੇਖ ਸਕਦੇ ਜਿਵੇਂ, ਅਤੇ ਹੁਣ ਅਸੀਂ ਇੱਕ ਪੈਨ ਦੇ ਵਿੱਚ ਓਇਲ ਲੈਣਾ ਹੈਗਾ ਜੀ, ਅਤੇ ਓਇਲ ਗਰਮ ਕਰਨਾ ਮੈਂ ਰੱਖ ਦਿੱਤਾ ਆਲਰੇਡੀ, ਠੀਕ ਹੈ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਹੁਣ ਅਸੀਂ ਇਹਨਾਂ ਜੀ ਇਹਨੂੰ ਫਰਾਈ ਕਰਨਾ ਹੈਗਾ। ਇੱਕ ਇੱਕ ਕਰਕੇ ਅਸੀਂ ਬਾਲਸ ਨੂੰ ਵਿਛਾਵਾਂਗੇ, ਤੁਸੀਂ ਦੇਖ ਸਕਦੇ ਹੋ ਤੇਲ ਗਰਮ ਹੋ ਚੁੱਕਿਆ ਹੈਗਾ।